ਧੰਨਵਾਦ ਹੈ ਕਿ ਯੂਥ ਨੂੰ ਸਪੇਸ ਜਿਹੜੀ ਹੈ ਦੇਣੀ ਸ਼ੁਰੂ ਹੋਈ ਹੈ ਪੰਥ ਦੇ ਵਿੱਚ ਬਹੁਤ ਚੰਗੀ ਗੱਲ ਹੈ ਪਰ ਹਲੇ ਆਪਾਂ ਬਹੁਤ ਇਹਨੂੰ ਵਿਵਧਾਨ ਦੀ ਲੋੜ ਹੈ ਜੀ ਆਪ 84 ਦੇ ਘੱਲੂਕਾਰੇ ਬਾਰੇ ਮੈਨੂੰ ਨਹੀਂ ਲੱਗਦਾ ਪਿਛਲੇ 10-15 ਸਾਲ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਗੱਲ ਹੋਈ ਹੋਏਗੀ ਜਿੰਨੇ ਇਸ ਸਾਲ ਹੋਈ ਹੈ ਭਾਵੇਂ ਉਹ ਸੋਸ਼ਲ ਮੀਡੀਆ ਹੋਏ ਭਾਵੇਂ ਉਹ ਯੂਥ ਹੋਏ ਭਾਵੇਂ ਉਹ ਐਜੂਕੇਸ਼ਨ ਹੋਏ ਕਨਵਰਸੇਸ਼ਨਸ ਹੋਣ ਮੈਂ ਸਿੱਖ ਨਾਨ ਸਿੱਖ ਹਰ ਤਰ੍ਹਾਂ ਦੇ ਨੌਜਵਾਨਾਂ ਨੂੰ ਗੱਲ ਕਰਨੇ ਆ ਵੇਖਿਆ ਸਾਡੀ ਬੜੀ ਵੱਡੀ ਪ੍ਰਾਪਤੀ ਹੈ ਜੀ ਇਸ ਕਿ ਜੋ ਨੌਜਵਾਨਾਂ ਦੀ ਤਾਕਤ ਆਉਣ ਵਾਲੇ ਵਕਤ ਦੇ ਵਿੱਚ ਆ ਰਹੀ ਹੈ ਉਹ ਬਹੁਤ ਵੱਡੀ ਹੈ ਤੇ ਉਹਨੂੰ ਜੇ ਅਸੀਂ ਵੈਲਕਮ ਨਾ ਕਰ पाए ਕਿਤੇ ਨਾ ਕਿਤੇ ਅਸੀਂ ਪਿੱਛੇ ਰਹਿ ਜਾਾਂਗੇ ਕਿਉਂਕਿ ਉਹ ਤਾਂ ਆ ਰਹੀ ਹੈ ਨੌਜਵਾਨਾਂ ਨੂੰ ਐਸਡੀਪੀਸੀ ਇਲੈਕਸ਼ਨਾਂ ਦਾ ਪਤਾ ਹੀ ਨਹੀਂ ਹੈ ਜੀ ਉਹਨਾਂ ਦੇ ਤੇ ਜਾਗਰੂਕਤਾ ਕਰਕੇ ਉਹਨਾਂ ਨੂੰ ਲੈ ਕੇ ਆਣਾ ਸਿਸਟਮ ਦੇ ਇਕੋਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਐਜੂਕੇਸ਼ਨ ਤੇ ਬਾਰ-ਬਾਰ ਗੱਲ ਆ ਰਹੀ ਹੈ ਮੈਨੂੰ ਲੱਗਦਾ ਕਿ ਜਿੱਥੇ ਸਪੋਕਨ ਇੰਗਲਿਸ਼ ਦੀ ਗੱਲ ਕੀਤੀ ਬਲਜੀਤ ਕੌਰ ਜੀ ਨੇ ਜਾਂ ਹੋਰ ਗੱਲਾਂ ਕੀਤੀਆਂ ਮੈਂ ਤਾਂ ਕਹਿਣਾ ਜੀ ਸਾਨੂੰ ਪੰਜਾਬੀ ਵੱਲ ਮੁੜਨ ਦੀ ਬਹੁਤ ਵਧੇਰੇ ਲੋੜ ਹੈ ਅ ਵਿੱਚ ਭਾਗ ਲੈਣ ਦਾ ਜਿਹੜਾ ਮੈਨੂੰ ਮੌਕਾ ਮਿਲਿਆ ਮਾਣ ਮਹਿਸੂਸ ਕਰਦਾ ਤੇ ਪੰਥਕ ਅਸੈਂਬਲੀ ਦੀ ਸਾਰੀ ਟੀਮ ਨੂੰ ਵੀ ਧੰਨਵਾਦ ਹੈ ਕਿ ਯੂਥ ਨੂੰ ਸਪੇਸ ਜਿਹੜੀ ਹੈ ਦੇਣੀ ਸ਼ੁਰੂ ਹੋਈ ਹੈ ਪੰਥ ਦੇ ਵਿੱਚ ਬਹੁਤ ਚੰਗੀ ਗੱਲ ਹੈ ਪਰ ਹਲੇ ਆਪਾਂ ਬਹੁਤ ਇਹਨੂੰ ਵਿਵਹਾਨ ਦੀ ਲੋਡ ਹੈ ਜੀ ਆਪਾਂ ਨਾਲ ਨਾਲ ਇਕਨੋਲਜ ਵੀ ਕਰੀਏ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋਡ ਹੈ ਜਿੱਥੇ ਅੱਜ ਸਪੇਸ ਕ੍ਰੀਏਟ ਹੋਈ ਹੈ ਉੱਥੇ ਸਪੇਸ ਦੇ ਵਿੱਚ ਰੈਪ੍ਰেজentation ਬੜੀ ਜ਼ਰੂਰੀ ਹੈ ਕਈ ਵਾਰੀ ਅਸੀਂ ਜਿਵੇਂ ਰੈਪ੍ਰেজentation ਸਿਰਫ ਰੈਪ੍ਰেজentation ਲਈ ਕਰ ਲੈਨੇ ਆ ਪਰ ਉੱਥੇ ਜਿਹੜੀ ਗਿਣਤੀ ਦੀ ਲੋਡ ਬਹੁਤ ਵਧੇਰੇ ਆ ਬੜੀ ਜਗ੍ਹਾ ਤੇ ਹੁਣ ਗੱਲਾਂ ਹੋਈਆਂ ਕਮੀਆਂ ਕਿੱਥੇ ਆ ਮੈਂ ਸਿਰਫ ਪਹਿਲੇ ਪੋਜ਼ਿਟਿਵਸ ਤੇ ਗੱਲ ਕਰਦੇ ਆ ਜੀ ਕਿ ਅਸੀਂ ਬੜਾ ਕੁਝ ਪ੍ਰਾਪਤ ਕੀਤਾ ਹੈ ਕੁਝ ਰੀਸੈਂਟ ਟਾਈਮਜ਼ ਦੇ ਵਿੱਚ ਉਹਦੇ ਬਾਰੇ ਬੜੀ ਜ਼ਰੂਰੀ ਹੈ ਗੱਲ ਕਰਨੀ 84 ਦੇ ਘੱਲੂ ਘਾਰੇ ਬਾਰੇ ਮੈਨੂੰ ਨਹੀਂ ਲੱਗਦਾ ਪਿਛਲੇ 10-15 ਸਾਲ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਗੱਲ ਹੋਈ ਹੋਏਗੀ ਜਿੰਨੇ ਇਸ ਸਾਲ ਹੋਈ ਹੈ ਭਾਵੇਂ ਉਹ ਸੋਸ਼ਲ ਮੀਡੀਆ ਹੋਏ ਭਾਵੇਂ ਉਹ ਯੂਥ ਹੋਏ ਭਾਵੇਂ ਉਹ ਐਜੂਕੇਸ਼ਨ ਹੋਏ ਕਨਵਰਸੇਸ਼ਨਸ ਹੋਣ ਮੈਂ ਸਿੱਖ ਨਾਨ ਸਿੱਖ ਹਰ ਤਰ੍ਹਾਂ ਦੇ ਨੌਜਵਾਨਾਂ ਨੂੰ ਗੱਲ ਕਰਦੇ ਆ ਵੇਖਿਆ ਸਾਡੀ ਬੜੀ ਵੱਡੀ ਪ੍ਰਾਪਤੀ ਹੈ ਜੀ ਇਸ ਸਾਲ ਦੀ ਇਹ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਕਿਸਾਨੀ ਮੋਰਚੇ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ ਜਦ ਅਣਖ ਜਾਗਦੀ ਹੈ ਉਹ ਕਹਿੰਦੇ ਕਿ ਜਿੰਨੀ ਜਿੰਨੀ ਵੈਰੀ ਹੱਤ ਚੱਕਣੀ ਉਹਨਾਂ ਉਹਨਾਂ ਸਿੱਧਕਾਂ ਨੇ ਪੱਕਣਾ ਉਹ ਸਾਬਤ ਹੋਇਆ ਜੀ ਇਸ ਵਾਰੀ ਤੇ ਪਹਿਲੀ ਚੀਜ਼ ਆ ਹੋਈ ਹੈ ਦੂਜੀ ਚੀਜ਼ ਸਾਨੂੰ ਇਹ ਰੀਅਲਾਈਜ਼ ਹੋਇਆ ਕਿ ਪੰਜਾਬ ਹੁਣ ਇੱਕ ਜੀਓਗ੍ਰਾਫੀਕਲ ਬਾਉਂਡਰੀ ਨਹੀਂ ਹੈ ਤੇ ਸਿੱਖ ਰਾਜ ਹੁਣ ਇੱਕ ਜੀਓਗ੍ਰਾਫੀਕਲ ਬਾਉਂਡਰੀ ਨਹੀਂ ਹੈ ਅੱਜ ਪੂਰੀ ਗਲੋਬਲੀ ਸਾਡੀ ਤਾਕਤ ਇੰਨੀ ਕੁ ਵੱਡੀ ਹੈ ਸਾਨੂੰ ਕਿਸਾਨੀ ਮੋਰਚੇ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਰੀਸੈਂਟ ਟਾਈਮਸ ਦੇ ਵਿੱਚ ਰਿਅਲਾਈਜ਼ ਹੋਇਆ ਕਿ ਜੋ ਨੌਜਵਾਨਾਂ ਦੀ ਤਾਕਤ ਆਉਣ ਵਾਲੇ ਵਕਤ ਦੇ ਵਿੱਚ ਆ ਰਹੀ ਹੈ ਉਹ ਬਹੁਤ ਵੱਡੀ ਹੈ ਤੇ ਉਹਨੂੰ ਜੇ ਅਸੀਂ ਵੈਲਕਮ ਨਾ ਕਰ ਪਾਏ ਕਿਤੇ ਨਾ ਕਿਤੇ ਅਸੀਂ ਪਿੱਛੇ ਰਹਿ ਜਾਵਾਂਗੇ ਕਿਉਂਕਿ ਉਹ ਤਾਂ ਆ ਰਹੀ ਹੈ ਉਹਦੇ ਵਿੱਚ ਕੀ ਹੋ ਰਿਹਾ ਉਹ ਤੁਹਾਨੂੰ ਰਿਅਲਿਟੀ ਦੱਸ ਦਿੰਨੇ ਆ ਜੀ ਪਿਛਲੇ 4 ਮਹੀਨਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਤੇ ਜ਼ੂਮ ਐਪ ਦੇ ਰਾਹੀਂ ਡਿਸਕੋਰਸ ਰਾਹੀਂ ਡਿਸਕਾਡ ਰਾਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਆਪਣੇ ਪੱਧਰ ਤੇ ਐਦਾਂ ਦੀਆਂ ਅਸੈਂਬਲੀਆਂ ਕਰਦੇ ਆ ਰਹੇ ਆ ਜੀ ਉਹ ਮੀਡੀਆ ਤੱਕ ਨਹੀਂ ਪਹੁੰਚਿਆ ਇੰਟਰਨੈਸ਼ਨਲੀ ਬੜੇ ਨੌਜਵਾਨਾਂ ਦੇ ਗਰੁੱਪ ਬਣੇ ਬਣਿਆ ਨੇ ਮਿਲ ਕੇ ਆਪਸ ਵਿੱਚ ਗੱਲਾਂ ਕੀਤੀਆਂ ਵਿਚਾਰਾ ਕੀਤੀਆਂ ਹੁਣ ਲੋੜ ਹੈ ਜੀ ਕਿ ਤੁਹਾਡੀ ਗਾਈਡੈਂਸ ਦੇ ਨਾਲ ਉਹਨੂੰ ਅੱਗੇ ਲੈ ਕੇ ਚੱਲਿਆ ਜਾਏ ਕਿਉਂਕਿ ਅੱਜ ਨੌਜਵਾਨ ਕੁਝ ਕਰਨਾ ਚਾਹ ਰਿਹਾ ਹੈ ਵਿਲਿੰਗ ਹੈ ਤੇ ਕਰਨਾ ਚਾਹੁੰਦਾ ਹੈ ਹੁਣ ਉੱਥੇ ਲੋੜ ਹੈ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਦੇ ਸਵੇਰ ਦੀ ਗੱਲ ਹੋ ਰਹੀ ਹੈ ਜੀ ਬੜਾ ਇੰਪੋਰਟੈਂਟ ਮੁੱਦਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਹੈ ਤੇ ਮੈਂ ਕਹਿਣਾ ਕਿ ਇਹਦੇ ਤੇ ਫੋਕਸ ਬਹੁਤ ਵੱਡੇ ਲੈਵਲ ਤੇ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹਰ ਸਾਲ ਜੀ ਆਪਣਾ ਇੱਕ ਜਦਵੀ ਇਲੈਕਸ਼ਨ ਹੁੰਦਾ ਤਾਂ ਸਵੀਪ ਪ੍ਰੋਗਰਾਮ ਚਲਾਉਂਦਾ ਜਿਹਨੂੰ ਸਿਸਟਮੈਟਿਕ ਵੋਟਰ ਐਜੂਕੇਸ਼ਨ ਐਂਡ એનਰੋਲਮੈਂਟ ਪ੍ਰੋਗਰਾਮ ਕਿਹਾ ਜਾਂਦਾ ਅਸੀਂ ਗੁਰਦੁਆਰਾ ਕਮੇਟੀਆਂ ਦੇ ਇਲੈਕਸ਼ਨ ਦੇ ਵਿੱਚ ਵੋਟਰਾਂ ਦੀ ਜਾਗਰੂਕਤਾ ਕਿੱਥੇ ਕਰ ਰਹੇ ਹਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਇਲੈਕਸ਼ਨਾਂ ਤੋਂ ਪਹਿਲੇ ਹੋਂਦੇ ਵਿੱਚ ਕੀ ਹੁੰਦਾ ਜੀ ਮੈਂ ਦਿੱਲੀ ਕਮੇਟੀ ਦੇ ਪਿੱਛੇ ਇਲੈਕਸ਼ਨਾਂ ਦੀ ਜਿਆ ਤਿਆਰੀ ਚੱਲ ਰਹੀ ਸੀ ਮੌਕਾ ਮਿਲਿਆ ਵਿਚਰਣ ਦਾ ਤੇ ਮੈਂ ਦੇਖਿਆ ਕਿ ਇਹ ਹੁੰਦਾ ਜੀ ਜਿਹੜੇ ਕੈਂਡੀਡੇਟ ਆ ਉਹ ਘਰੇ ਆਉਂਦੇ ਚਾਹ ਪਿਲਾਈ ਜਾਂਦੀ ਹੈ ਜੀ ਜਿਆ ਕਰੇ ਕਿ ਜਾਏ ਜਾਂਦੇ ਆ ਸਿਰਫ ਆਉ ਦੇ ਕੇ ਅੱਗੇ ਅਗਲੇ ਘਰ ਤੋੜ ਦਿੱਤਾ ਜਾਂਦਾ ਅਸੀਂ ਗੱਲ ਕਰਦੇ ਹਾਂ ਕਿ ਤੁਹਾਡਾ ਪਲਾਨ ਆਫ ਐਕਸ਼ਨ ਕੀ ਹੈ ਤੁਹਾਡੇ ਅਧੀਨ ਤੁਹਾਡੀ ਅਗਵਾਈ ਦੇ ਵਿੱਚ ਇੰਨੇ ਗੁਰਦੁਆਰੇ ਆਉਣ ਵਾਲੇ ਆ ਤੁਸੀਂ ਉਹਨਾਂ ਦੇ ਲਈ ਵਿਜ਼ਨ ਕੀ ਲੈ ਕੇ ਚੱਲ ਰਹੇ ਹੋ ਪਲਾਨ ਆਫ ਐਕਸ਼ਨ ਕੀ ਲੈ ਕੇ ਚੱਲ ਰਹੇ ਹੋ ਉਹ ਲੋਕ ਜੋ ਇਹਨਾਂ ਜ਼ਾਲਿਮਾਂ ਦੇ ਖਿਲਾਫ ਸੋਚਦੇ ਆ ਉਹਨਾਂ ਦੇ ਵੋਟਰ ਕਾਰਡ ਉਹਨਾਂ ਦੀ ਉਹਨਾਂ ਦੇ ਵੋਟ ਕਿਉਂ ਨਹੀਂ ਬਣ ਰਹੀ ਉਹਦੇ ਤੇ ਕੰਮ ਕਿਉਂ ਡੀਪ ਰੂਟਡ ਨਹੀਂ ਹੋ ਰਿਹਾ ਸਾਡਾ ਉਹ ਬੜਾ ਜ਼ਰੂਰੀ ਹੈ ਹੋਣਾ ਜਿਹੜੇ ਸੱਚ ਦੇ ਪੱਖ ਦੇ ਵਿੱਚ ਲੋਕ ਖੜੇ ਹੈ ਉਹਨਾਂ ਦੇ ਭਾਵੇਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋ ਭਾਵੇਂ ਦਿੱਲੀ ਕਮੇਟੀ ਦੇ ਹੋਣ ਤੇ ਭਾਵੇਂ ਵਿਧਾਨ ਸਭਾ ਦੇ ਹੋਣ ਉਹਦੇ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਨੌਜਵਾਨਾਂ ਦੇ ਕਿਉਂਕਿ ਨੌਜਵਾਨਾਂ ਨੂੰ ਐਸਜੀਪੀਸੀ ਇਲੈਕਸ਼ਨਾਂ ਦਾ ਪਤਾ ਹੀ ਨਹੀਂ ਹੈ ਜੀ ਉਹਨਾਂ ਦੇ ਤੇ ਜਾਗਰੂਕਤਾ ਕਰਕੇ ਉਹਨਾਂ ਨੂੰ ਲੈ ਕੇ ਆਣਾ ਸਿਸਟਮ ਦੇ ਇਕੋਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਗੱਲ ਹੋਰ ਕਰਕੇ ਮੈਂ ਬਹੁਤੀ ਗੱਲ ਲੰਮੀ ਨਹੀਂ ਕਰਨੀ ਇੱਕ ਗੱਲ ਹੋਰ ਕਰਕੇ ਮੈਂ ਜਿਹੜੀ ਹੈ ਉਹ ਤੁਹਾਡੇ ਤੋਂ ਖਿਮਾ ਦਾ ਜਾਚਕ ਹੋਵਾਂਗਾ ਜੀ ਕਿ ਐਜੂਕੇਸ਼ਨ ਤੇ ਬਾਰ-ਬਾਰ ਗੱਲ ਆ ਰਹੀ ਹੈ ਮੈਨੂੰ ਲੱਗਦਾ ਕਿ ਜਿੱਥੇ ਸਪੋਕਨ ਇੰਗਲਿਸ਼ ਦੀ ਗੱਲ ਕੀਤੀ ਬਲਜੀਤ ਕੌਰ ਜੀ ਨੇ ਜਾਂ ਹੋਰ ਗੱਲਾਂ ਕੀਤੀਆਂ ਮੈਂ ਤਾਂ ਕਹਿਣਾ ਜੀ ਸਾਨੂੰ ਪੰਜਾਬੀ ਵੱਲ ਮੁੜਨ ਦੀ ਬਹੁਤ ਵਧੇਰੇ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਕਿ ਅਸੀਂ ਪੰਜਾਬੀ ਭਾਸ਼ਾ ਦਾ ਪ੍ਰਸਾਰ ਪ੍ਰਚਾਰ ਮੁੜ ਦੁਗਣੀ ਤੇਜ਼ੀ ਨਾਲ ਲੱਗੇ ਲੈ ਕੇ ਆਈ ਹੈ ਜੀ ਮੈਨੂੰ ਸ਼ਾਇਦ ਅੱਜ ਤੋਂ 2 ਸਾਲ ਪਹਿਲੇ ਵਾਲਾ ਗੌਰਵਦੀਪ ਸਿੰਘ ਜਿਹੜਾ 2018 ਦੀ ਪੰਤਕ ਅਸੈਂਬਲੀ ਦੇ ਵਿੱਚ ਆਇਆ ਸੀ ਤੇ ਜਿਹੜਾ ਅੱਜ ਆਇਆ ਜਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਜਦ ਵਿਚਰ ਕੇ ਦੇਖਿਆ ਪਿੰਡਾਂ ਵਾਲਿਆਂ ਦੇ ਨਾਲ ਮੋਰਚੇ ਦੇ ਵਿੱਚ ਜਾਂ ਸੜਕਾਂ ਤੇ ਤਾਂ ਸਮਝ ਆਈ ਕਿ ਅਸੀਂ ਤਾਂ ਬਹੁਤ ਕੁਝ ਗਲਤ ਸੋਚ ਲੈ ਕੇ ਚੱਲ ਰਹੇ ਹਾਂ ਜੋ ਸਾਨੂੰ ਪੜਾਈ ਜਾ ਰਹੀ ਹੈ ਸਾਡੀਆਂ ਕਿਤਾਬਾਂ ਰਾਹੀਂ ਉਹ ਸੋਚ ਬਦਲੀ ਉਹ ਸੋਚ ਬਦਲੀ ਕਿੱਦਾਂ ਜਦ ਵਿਚਰ ਕੇ ਵੇਖਿਆ ਜਦ ਉਹਨਾਂ ਦੇ ਪਾਸ਼ਾ ਦੇ ਵਿੱਚ ਵਿਚਰ ਕੇ ਵੇਖਿਆ ਉਹਨਾਂ ਦੀ ਗੱਲ ਜਾਣੀ ਸੋ ਅੱਜ ਮੋੜ ਬੇਸਿਕਸ ਤੇ ਆਈਏ ਜੀ ਬੇਸਿਕ ਤੇ ਪੰਜਾਬੀ ਭਾਸ਼ਾ ਤੇ ਗੁਰਦੁਆਰਿਆਂ ਦੇ ਵਿੱਚ ਸੰਥਿਆ ਦੀਆਂ ਕਲਾਸਾਂ ਨੌਜਵਾਨਾਂ ਲਈ ਸ਼ੁਰੂ ਹੋਣ ਨੌਜਵਾਨਾਂ ਦੇ ਲਈ ਇਤਿਹਾਸ ਦੇ ਲੈਕਚਰ ਪਿੱਛੇ ਜੇ ਅਸੀਂ ਕਰਾਇਆ ਕਿ ਪੰਜਾਬ ਦਾ 1801 ਤੋਂ 1839 ਤੱਕ 49 ਤੱਕ ਦਾ ਇਤਿਹਾਸ ਤੇ ਫਿਰ 1920 ਤੋਂ 2020 ਤੱਕ ਦਾ ਇਤਿਹਾਸ ਇੱਕ ਵਿੱਚ ਅਸੀਂ ਗੁਰਦਰਸ਼ਨ ਸਿੰਘ ਜੀ ਨੂੰ ਸੱਦੇ ਆ ਇੱਕ ਵਿੱਚ ਗੁਰਤੇਜ ਸਿੰਘ ਜੀ ਨੇ ਜਿਹੜੀ ਇਹ ਸ਼ਮੂਲੀਅਤ ਕੀਤੀ ਤੇ ਸੇ ਸੌ 150 ਨੌਜਵਾਨ ਜਿਨ੍ਹਾਂ ਨੇ ਕਦੇ ਇਤਿਹਾਸ ਪੰਜਾਬ ਦਾ ਨਹੀਂ ਸੀ ਸੁਣਿਆ ਸਾਡੇ 6 ਘੰਟੇ ਬਹਿ ਕੇ ਸੁਣਿਆ ਤੇ ਸਵਾਲ ਜਵਾਬ ਕੀਤੇ ਥੈਟ ਮੀਨਸ ਨੌਜਵਾਨ ਸੁਣਨਾ ਚਾਹ ਰਹੇ ਆ ਜੀ ਸਾਨੂੰ ਉਲੀਕਣ ਦੇ ਲੋੜ ਹੈ ਆਓ ਉਲੀਕੀਏ ਤੇ ਹੱਥ ਜੋੜ ਕੇ ਬੇਨਤੀ ਕਰਕੇ ਤੇ ਨਾਲ ਨਾਲ ਇਹ ਵਾਅਦਾ ਵੀ ਕਰਕੇ ਚੱਲੇ ਆ ਜੀ ਕਿ ਨੌਜਵਾਨ ਕੱਲੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ ਅਸੀਂ ਕੰਮ ਵੀ ਨਾਲ ਕਰਨਾ ਚਾਹੁੰਦੇ ਆ ਸਾਨੂੰ ਨੌਜਵਾਨਾਂ ਨੂੰ ਜਿੰਨੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕਿਉਂਕਿ ਪਿੱਛੇ ਕੁਝ ਐਸੇ ਅਸੀਂ ਆਪਣੇ ਕੌਮ ਦੇ ਬਜ਼ੁਰਗਾਂ ਨੂੰ ਜਾਂਦਿਆਂ ਵੇਖਿਆ ਜਿਨ੍ਹਾਂ ਦੇ ਕੋਲ ਬਹੁਤ ਵੱਡਾ ਗਿਆਨ ਸੀਗਾ ਤੇ ਮੈਨੂੰ ਲੱਗਦਾ ਉਹ ਬੜਾ ਵੱਡਾ ਖਜ਼ਾਨਾ ਜੇ ਅਸੀਂ ਅਗਲੀ ਪੀੜੀ ਵੱਲ ਦੇ ਕੇ ਨਾ ਤੋੜਿਆ ਤਾਂ ਕਿਤੇ ਨਾ ਕਿਤੇ ਜਿਹੜਾ ਖਲਾ ਪੈਦਾ ਹੋਣ ਦੇ ਜਿਹੜੇ ਰਿਸਕ ਰਹਿਣਗੇ ਤਾਂ ਉਹਨੂੰ ਉਹ ਨਾ ਪੈਦਾ ਹੋਣ ਦਿੱਤਾ ਜਾਏ ਨੌਜਵਾਨਾਂ ਨੂੰ ਨਾਲ ਹੱਥ ਫੜ ਕੇ ਨਾਲ ਰੱਖ ਕੇ ਕੰਮ ਕਰਨ ਦੀ ਬਹੁਤ ਵੱਧ ਲੋੜ ਹੈ ਆ ਉਹਦੇ ਵੱਲ ਵਧੀਆ ਤੇ ਪੂਰੀ ਸਾਰਿਆਂ ਵੱਲੋਂ ਮੈਂ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਕੰਮ ਕਰਨ ਲਈ ਨਾਲ ਤਿਆਰ ਆ ਜੀ ਇਨੀਆਂ ਕੋ ਬੇਨਤੀ ਹੈ ਪਰਵਾਨ ਫਤਿਹ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ